ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਜਿੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ ਜੇ ਤੁਹਾਡੇ ਕੋਲ ਰਮਾਨੀਆ ਬਲਗਾਰੀਆ ਦਾ ਟੀਆਰਸੀ ਕਾਰਡ ਹੈ ਤੇ ਤੁਸੀਂ ਕਿੰਨੇ ਕੰਟਰੀਆਂ 'ਚ ਜਾ ਸਕਦੇ ਏ ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਆ ਅ ਮੋਸਟਲੀ ਜੇ ਤੁਸੀਂ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਆ ਉਤੋਂ ਤੁਹਾਡੇ ਕੋਲ ਰਮਾਨੀਆ ਬਲਗਾਰੀਆ ਟੀਆਰਸੀ ਕਾਰਡ ਜਾਂ ਯੂਰਪ ਦੇ ਸ਼ੇਨਗਨ ਵੀਜ਼ਾ ਦਾ ਨਿਕੋਲ ਜਾਂ ਕਿਸੇ ਵੀ ਕੰਟਰੀ ਦਾ ਟੀਆਰਸੀ ਕਾਰਡ ਤੁਸੀਂ 60 ਕੰਟਰੀਆਂ ਦੇ ਵਿੱਚ ਟ੍ਰੈਵਲ ਕਰ ਸਕਦੇ ਆ ਸਿਰਫ ਇੱਕ ਸ਼ੇਨਗਨ ਵੀਜ਼ਾ ਇੰਡੀਅਨ ਪਾਸਪੋਰਟ ਦੋ ਚਿੰਤਾ ਦੇ ਨਾਲ ਠੀਕ ਆ ਬਟ ਇਹਦੇ ਵਿੱਚ ਮੋਸਟਲੀ ਜਿੰਨੇ ਵੀ ਯੂਰਪਨ ਦੇ ਵਿੱਚ ਲੋਕ ਹਨ ਜਿਹੜੇ ਯੂਰਪ ਦੇ ਵਿੱਚ ਜਿੰਨੇ ਵੀ ਲੋਕ ਹਨ ਉਹਨਾਂ ਨੂੰ ਇਹ ਹੁੰਦਾ ਬਹੁਤ ਐਨਕਰੀਜ਼ ਹੁੰਦਾ ਕਿ ਯੂਕੇ ਜਾਇਆ ਜਾਵੇ ਕੈਨੇਡਾ ਦਾ ਚਲੋ ਹਨਾ ਹੁਣ ਕੋਈ ਜਾਂਦਾ ਨਹੀਂ ਹੈਗਾ ਕੋਈ ਸੋਚਦਾ ਵੀ ਨਹੀਂ ਹੈਗਾ ਅਮਰੀਕਾ ਦਾ ਲੋਕ ਕਹਿੰਦੀ ਹੈ ਕਹਿੰਦਾ ਅਮਰੀਕਾ ਜਾਇਆ ਜਾਵੇ ਜਾਂ ਇਦਾਂ ਦੇ ਹੋਰ ਬਹੁਤ سارے ਕੰਟਰੀ ਆ ਜਿੱਥੇ ਵੀ ਉਹਨਾਂ ਦਾ ਇਹ ਆ ਕਿ ਹਨਾ ਉੱਥੇ ਜਾਇਆ ਜਾਵੇ ਤੇ ਉਹਦੇ ਵਿੱਚ ਇਹ ਹੁੰਦਾ ਕਿ ਯਾਰ ਟਰੈਵਲ ਹਿਸਟਰੀ ਥੋੜੀ ਜਿਹੀ ਬਣਾ ਲਈਏ ਟਰੈਵਲ ਹਿਸਟਰੀ ਦੇ ਵਾਸਤੇ ਇਦਾਂ ਵਾ ਅ ਕੋਝ ਕੰਟਰੀ ਇਦਾਂ ਦੇ ਜਿਹੜੇ ਹੁਣ ਯੂਰਪ ਦੇ ਸ਼ਾਈਨਗ ਜਨੂਨ ਦੇ ਕੰਟਰੀ ਆ ਜਰਮਨੀ ਨਾ ਟੀਆਰਸੀ ਕਾਰਡ ਜਿੱਥੇ ਮਰਜ਼ੀ ਫਰੀ ਜਾਓ ਤੁਹਾਡੇ ਕੋਲ ਸਟੈਂਪ ਲੱਗਣੀ ਹਨ ਤੁਸੀਂ ਬਿਨਾਂ ਸਟੈਂਪ ਤੋਂ ਜਿਹੜਾ ਤੁਰੇ ਜਾਣਾ ਮੈਂ ਜਿੱਦਨ ਮਰਜ਼ੀ ਹਨ ਹੁਣ ਇੱਕ ਚੱਕਰ ਹੋਰ ਆ ਇਹ ਤੋਂ ਇਲਾਵਾ ਜੇ ਤੁਸੀਂ ਉਦਾਂ ਘੁੰਮਣਾ ਚਾਹੁੰਦੇ ਆ ਜਾਂ ਤੁਹਾਨੂੰ ਲੱਗਦਾ ਹੈ ਹਨ ਘੁੰਮਿਆ ਜਾਵੇ ਜਾਂ ਤੁਹਾਨੂੰ ਇਹ ਆ ਕਿ ਸਸਤੇ ਕੰਟਰੀ ਘੁੰਮੇ ਜਾ ਮੈਂ ਤੁਹਾਨੂੰ ਥੋੜੇ ਜੇ ਕੰਟਰੀ ਦੱਸ ਦਿੰਦਾ ਹਾਂ ਜੇ ਮਤਲਬ ਤੁਸੀਂ ਇਥੋਂ ਰਮਾਨੀਆ ਯੂਰਪ ਤੋਂ ਇੰਡੀਆ ਨੂੰ ਜਾਂਦੇ ਆ ਰਸਤੇ 'ਚ ਵੀ ਆਉਂਦੇ ਆ ਉਹ ਵੀ ਤੁਹਾਨੂੰ ਫਾਇਦਾ ਹੋ ਸਕਦਾ ਜੇ ਤੁਸੀਂ ਸਪੈਸ਼ਲੀ ਘੁੰਮਣਾ ਚਾਹੁੰਦੇ ਆ ਤੁਸੀਂ ਉਹ ਵੀ ਘੁੰਮ ਸਕਦੇ ਆ ਅ ਸਭ ਤੋਂ ਪਹਿਲਾਂ ਰਮਾਨੀਆ ਦੇ ਨਾਲ ਲੱਗਦਾ ਵਾ ਮਾਲਦੋਵਾ ਜੇ ਤੁਹਾਡੇ ਕੋਲ ਯੂਰਪ ਦੇ ਕਿਸੇ ਵੀ ਕੰਟਰੀ ਦਾ ਟੀਆਰਸੀ ਕਾਰਡ ਵੀਜ਼ਾ ਵਾ ਠੀਕ ਆ ਰਮਾਨੀਆ ਦਾ ਵੀਜ਼ਾ ਵਾ ਟੀਆਰਸੀ ਕਾਰਡ ਆ ਤਾਂ ਤੁਸੀਂ ਮਾਲਦੋਵਾ ਜਾ ਸਕਦੇ ਆ ਕੋਈ ਪ੍ਰੋਬਲਮ ਨਹੀਂ ਹੈਗੀ ਅ ਬਿਨ ਬਿਨ ਵਿਦਆਉਟ ਆਫ ਵੀਜ਼ਾ ਆ ਤਾਂ ਠੀਕ ਆ ਤੁਸੀਂ ਬਾਈ ਟ੍ਰੇਨ ਜਾ ਸਕਦੇ ਆ ਬਾਈ 에ਅਰ ਜਾ ਸਕਦੇ ਆ ਤੁਸੀਂ ਜਾ ਸਕਦੇ ਆ ਕੋਈ ਇਸ਼ੂ ਨਹੀਂ ਆਏਗਾ ਇਹ ਹੋਗਾ ਨੰਬਰ 2 ਤੇ ਹੋਗਾ ਅਲਬਾਨੀਆ ਪਿਛੇ ਜੀ ਮੈਂ ਜਾ ਕੇ ਆਇਆ ਸੀਗਾ ਤੇ ਮੈਂ ਤੁਹਾਨੂੰ ਵੀਡੀਓ ਵੀ ਸ਼ੇਅਰ ਕੀਤੀ ਸੀਗੀ ਅ ਅਲਬਾਨੀਆ ਤੁਸੀਂ ਜਾਓਗੇ ਤੇ ਅਲਬਾਨੀਆ ਵੀਜ਼ਾ ਮਤਲਬ ਅਲਬਾਨੀਆ ਦੇ ਜਿਹੜੇ ਵੀਜ਼ਾ ਆ ਯਾਰ ਮਾਰਨੀਆ ਦਾ ਟੀਆਰਸੀ ਕਾਰਡ ਆ ਤੁਹਾਨੂੰ ਅਲਬਾਨੀਆ ਦਾ ਵੀਜ਼ਾ ਨਹੀਂ ਚਾਹੀਦਾ ਸਿੰਪਲੀ ਐਂਟਰੀ ਆ ਰਿਟਰਨ ਟਿਕਟ ਚਾਹੀਦੀ ਹੈ ਹੋਟਲ ਬੁਕਿੰਗ ਚਾਹੀਦੀ ਹੈ ਐਂਟਰੀ ਮਿਲ ਜਾਂਦੀ ਹੈ ਫਿਰ ਅਲਬਾਨੀਆ ਹੋ ਗਿਆ ਅਲਬਾਨੀਆ ਦੇ ਨਾਲ ਲੱਗਦਾ ਮੌਂਟੇਨਿਗਰੋ ਅ ਅਲਬਾਨੀਆ ਤੋਂ ਬੱਸਾਂ ਜਾਂਦੀਆਂ ਮੌਂਟੇਨਿਗਰੋ ਜੇ ਤੁਸੀਂ ਅਲਬਾਨੀਆ ਤੋਂ ਮੌਂਟੇਨੀਗਰੋ ਜਾਓਗੇ ਤੇ ਤੁਹਾਨੂੰ ਈਜ਼ੀਲੀ ਐਂਟਰੀ ਮਿਲ ਜਾਣੀ ਹੈ ਤੁਹਾਡੇ ਕੋਲ ਜਿਹੜਾ ਵਾ ਸ਼ੇਨਗਨ ਜਿਹੋਨ ਦਾ ਵਿਜ਼ਾ ਵਾ ਜਾਂ ਟੀਆਰਸੀ ਗਰਮਾਨੀਆ ਦਾ ਹੈਗਾ ਵਾ ਤੇ ਤੁਸੀਂ ਜਿਹੜਾ ਈਜ਼ੀਲੀ ਤੁਹਾਨੂੰ ਐਂਟਰੀ ਮਿਲ ਜਾਣੀ ਹੈ ਤੇ ਸਟੈਂਪ ਜਿਹੜਾ ਉਹ ਲਾ ਦੇਣਗੇ ਮੌਂਟੇਨੀਗਰੋ ਦੇ ਨਾਲ ਹੀ ਤੁਸੀਂ ਜਾ ਸਕਦੇ ਆ ਬੋਸਨੀਆਂ ਦੇ ਵਿੱਚ ਇਹ ਤੁਹਾਡੇ ਯੂਰਪ ਦਾ ਵਿਜ਼ਾ ਵਾ ਤੁਸੀਂ ਬੋਸਨੀਆਂ ਦੇ ਵਿੱਚ ਜਿਹੜਾ ਵਾ ਐਂਟਰੀ ਕਰ ਸਕਦੇ ਆ ਮਤਲਬ ਕੋਈ ਇਸ਼ੂ ਨਹੀਂ ਹੈਗਾ ਉੱਥੇ ਤੁਸੀਂ ਘੁੰਮ ਸਕਦੇ ਇਹਨਾਂ ਸਾਰੇ ਕੰਟਰੀਆਂ ਵਿੱਚ 90 ਦਿਨ ਦਾ ਪ੍ਰੋਸੈਸ ਹੈ 90 ਦਿਨ ਤੱਕ ਤੁਸੀਂ ਇਹ ਇਨਰ ਕੰਟਰੀ ਜਿਹੜੇ रह ਸਕਦੇ ਆ ਉਹਦੇ ਨਾਲ ਹੀ ਲੱਗਦਾ ਵਾ ਫਿਰ ਬੋਸਨੀਆਂ ਬੋਸਨੀਆਂ ਨਾਰਥ ਮੈਸੀਡੋਨੀਆ ਤੁਸੀਂ ਮੈਸੀਡੋਨੀਆ ਵਿੱਚ ਵੀ ਘੁੰਮ ਸਕਦੇ ਆ ਮੈਸੀਡੋਨੀਆ ਦੇ ਵਿੱਚ ਵੀ ਜਾ ਸਕਦੇ ਆ ਵਿਦਾਊਟ ਵੀਜ਼ਾ ਦਾ ਇਹ ਜਿਹੜੇ ਕੰਟਰੀ ਹੋ ਗਏ ਇਹ ਤੋਂ ਇਲਾਵਾ ਹੁਣ ਤੁਰਕੀ ਨੇ ਜਿਹੜਾ ਵਾ ਜਿਹੜਾ ਕੋ ਸ਼ੈਂਗਨ ਵੀਜ਼ਾ ਤੇ ਈ ਵੀਜ਼ਾ ਜਿਹੜਾ ਕਰ ਦਿੱਤਾ ਵਾ ਤੇ ਈ ਵੀਜ਼ਾ ਦੀ ਜਿਹੜੀ ਰਮਾਨੀਆ ਤੋਂ ਜਿਹੜੀ ਫੀਸ ਆ ਜੇ ਤੁਸੀਂ ਤੁਰਕੀ ਜਾਣਾ ਚਾਹੁੰਦੇ ਘੁੰਮਣ ਨੂੰ ਅ uh, 200 ਯੂਰੋ ਦੇ ਨੇਅਰ ਅਬਾਊਟ ਮਤਲਬ 200 ਯੂਰੋ ਲੱਗਦਾ ਵਾ ਤੁਹਾਡਾ 100% ਤੁਹਾਨੂੰ ਵੀਜ਼ਾ ਮਿਲ ਜਾਂਦਾ ਵਾ ਜੇ ਤੁਸੀਂ ਕਿਸੇ ਏਜੰਸੀ ਕੋਲੋਂ ਲੈਣਾ ਹਨ ਬੁਕਾਰੇਸ਼ਟ ਵਿੱਚ ਇੱਕ ਦੋ ਏਜੰਸੀਆਂ ਹੈਗੀਆਂ ਜਾਂ ਫਿਰ ਜੇ ਤੁਸੀਂ ਡਾਇਰੈਕਟਲੀ ਮੇਲ ਕਰੋਗੇ ਨਾ ਤੁਸੀਂ ਬੁਕਾਰੇਸ਼ਟ ਦੇ ਵਿੱਚਾਂ ਤੁਸੀਂ ਰਮਾਨੀਆ ਦੇ ਵਿੱਚਾਂ ਜੇ ਤੁਸੀਂ ਤੁਰਕੀ ਦੀ ਐਮਬੈਸੀ ਨੂੰ ਮੇਲ ਕਰੋਗੇ ਉਹ ਤੁਹਾਨੂੰ ਕਨੈਕਟ ਕਰ ਦਊਗੀ ਕਿਸੇ ਏਜੰਸੀ ਦੇ ਨਾਲ ਤੇ ਏਜੰਸੀ ਦਾ ਵਟਸਐਪ ਨੰਬਰ ਮੇਲ ਸਾਰਾ ਕੁਝ ਤੁਹਾਨੂੰ ਦੇ ਦਊਗੀ ਤੁਸੀਂ ਉਹਦੇ ਨਾਲ ਕੰਟੈਕਟ ਹੋ ਜਾਣਾ ਤੁਹਾਡਾ ਤੇ ਉਹ ਤੁਹਾਨੂੰ इजीली ਜਿਹੜਾ ਵੀਜ਼ਾ ਦੇ ਦੇਣਗੇ ਸੋ ਇਹ ਜੇ ਕਿਸੇ ਨੂੰ ਨਹੀਂ ਪਤਾ ਤੇ ਤੁਸੀਂ ਚੈੱਕ ਆਊਟ ਕਰ ਸਕਦੇ ਇਤੋਂ ਲਾਵਾ ਦੁਬਈ ਨੇ ਜਿਹੜਾ ਵਾ ਵੀਜ਼ਾ ਔਨ ਅਰਾਈਵਲ ਕਰਤਾ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਸੀਗਾ ਜੇ ਤੁਹਾਡੇ ਕੋਲ ਸ਼ੇਨਗਨ ਜ਼ੋਨ ਦਾ ਵੀਜ਼ਾ ਵਾ ਟੀਆਰਸੀ ਕਾਰਡ ਕਿਸੇ ਵੀ ਕੰਟਰੀ ਦਾ ਨਾ ਯੂਰਪ ਦੇ ਦਾ ਤੇ ਤੁਸੀਂ ਜਿਹੜਾ ਵਾ ਵੀਜ਼ਾ ਔਨ ਅਰਾਈਵਲ ਲੈ ਸਕਦੇ ਆ 에어ਪੋਰਟ ਤੇ ਜਾ ਕੇ ਜਿਹੜੀ ਜਿਹੜੀ ਫੀਸ ਆ 240 ਦਰਾਮ ਇਹ ਤੋਂ ਬਾਅਦ ਕਦਰ ਨਹੀਂ ਕਰ ਦਿੱਤਾ ਵਾ ਫਿਰ ਇਹ ਤੋਂ ਇਲਾਵਾ ਜੇ ਤੁਹਾਡੇ ਕੋਲ ਯੂਰਪ ਦਾ ਵੀਜ਼ਾ ਵਾ ਤੇ ਤੁਸੀਂ ਜਿਹੜਾ ਵਾ ਜੋਰਜੀਆ ਕੰਟਰੀ ਜਿਹੜਾ ਉਹ ਜਾ ਸਕਦੇ ਆ ਜੋਰਜੀਆ ਜਾਣ ਵਾਸਤੇ ਤੁਹਾਨੂੰ ਵੀਜ਼ੇ ਦੀ ਲੋੜ ਨਹੀਂ ਹੈਗੀ ਇਹ ਤੁਹਾਡੇ ਕੋਲ ਯੂਰਪ ਦਾ ਜਿਹੜਾ ਟ ਆਰ ਸੀ ਗਾਣਾ ਸੋ ਇਹ ਜਿਹੜੇ ਕੰਟਰੀ ਆ ਇਹ ਕੰਟਰੀ ਬੈਸਟ ਆ ਵਧੀਆ ਵਾ ਟਰੈਵਲ ਹਿਸਟਰੀ ਵਾਸਤੇ ਤੇ ਇਸ ਤੋਂ ਇਲਾਵਾ ਹੋਰ ਬਹੁਤ ساری ਕੰਟਰੀ ਹੈਗੇ ਇਹ ਤੋਂ ਇਲਾਵਾ ਜਿਹੜਾ ਜੇ ਤੁਸੀਂ ਸਸਤੇ ਚ ਜਾਣਾ ਚਾਹੁੰਦੇ ਹਨ ਸਸਤੇ ਜਿਵੇਂ ਮਤਲਬ ਕਿ ਇਹ ਉਹ ਕੰਟਰੀ ਆ ਜਿਹੜੇ ਨੇੜੇ ਤੇੜੇ ਆ ਮਤਲਬ ਕਿ ਬਾਈਬਸ ਤੁਸੀਂ ਇਜ਼ੀਲੀ ਜਾ ਸਕਦੇ ਇਹਨਾਂ ਕੰਟਰੀਆਂ ਮੈਂ ਤਾਂ ਤੁਹਾਨੂੰ ਦੱਸ ਰਿਹਾ ਕਿ ਤੁਸੀਂ ਜੇ ਯੂਰਪ ਦੇ ਵਿੱਚ ਰਹਿੰਦੇ ਹੋ ਤੁਸੀਂ ਘੁੰਮਣਾ ਚਾਹੁੰਦੇ ਹੋ ਜਾਂ ਟਰੈਵਲ ਹਿਸਟਰੀ ਨੂੰ ਚਾਹੁੰਦੇ ਆ ਤੇ ਇਹਨਾਂ ਕੰਟਰੀਆਂ ਜਾ ਸਕਦੇ ਇਹ ਤੋਂ ਇਲਾਵਾ ਸਰਬੀਆ ਨਾਲ ਲੱਗਦਾ ਵਾ ਸਰਬੀਆ ਤੁਸੀਂ इजीली ਜਾ ਸਕਦੇ ਆ ਸਰਬੀਆ ਤੋਂ ਅਰਮਾਨੀਆ ਤੋਂ ਸਰਬੀਆ ਜਾਣ ਵਾਸਤੇ 25 ਜਾਂ 30 ਲੀ ਜੇ ਤੁਸੀਂ 5 ਜਾਂ 10 ਯੂਰੋ ਕਰੋ 10 ਕ ਯੂਰੋ ਦੀ ਜਿਹੜੀ ਟਿਕਟ ਲੱਗਦੀ ਆ ਤੁਸੀਂ ਸਰਬੀਆ ਐਂਟਰ ਹੋ ਸਕਦੇ ਆ ਉੱਥੋਂ ਫਿਰ ਤੁਸੀਂ ਬਿਲਗਰਾਜ ਜਾਓ ਬਿਲਗਰਾਜ ਤੋਂ ਘੁੰਮੋ इजीली ਤੁਸੀਂ ਘੁੰਮ ਸਕਦੇ ਆ ਮਤਲਬ ਇਹ ਜਿਹੜੀ ਕੰਟਰੀ ਆ ਸੋ ਇਹ ਉਹ ਕੰਟਰੀ ਆ ਜੇ ਤੁਸੀਂ ਜਾਓ ਮਤਲਬ ट्रैवल ਸਟਰੀ ਬਣਾਉਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਉੱਦਾਂ ਘੁੰਮਣਾ ਚਾਹੁੰਦੇ ਹੋ ਇਹਨਾਂ ਕੰਟਰੀਆਂ 'ਚ ਤੁਸੀਂ ਘੁੰਮ ਸਕਦੇ ਆ ਇਜ਼ੀ ਆ ਸਾਰਾ ਪਰ ਇਸ ਤੋਂ ਇਲਾਵਾ ਹੁਣ ਨਵਾਂ ਇੱਕ ਹੋਸਟ ਸਟਾਰਟ ਕਰ ਦਿੱਤਾ ਵਾ ਉਹ ਵੀ ਮੈਂ ਤੁਹਾਨੂੰ ਦੱਸ ਦਿੰਦਾ ਵਾਂ ਜੇ ਤੁਹਾਡੇ ਕੋਈ ਯੂਰਪ ਦਾ ਵੀਜ਼ਾ ਵਾ ਤੇ ਤੁਸੀਂ ਬਿਲਾਰੂਸ ਦੇ ਵਿੱਚ ਵੀ ਜਾ ਸਕਦੇ ਆ ਵਿਦਾਊਟ ਵੀਜ਼ਾ ਦੇ ਪਰ ਬਿਲਾਰੂਸ ਦੀ ਤੇ ਯੂਰਪ ਦੀ ਇਹਨਾਂ ਦੀ ਇੱਕ ਸ਼ਰਤ ਆ ਕਿ ਤੁਸੀਂ ਐਂਟਰ ਹੋਣਾ ਵਾ ਸ਼ੇਨਗਨ ਕੰਟਰੀ ਤੋਂ ਬਿਲਾਰੂਸ ਤੇ ਬਿਲਾਰੂਸ ਤੋਂ ਵਾਪਸ ਵੀ ਸ਼ੇਨਗਨ ਕੰਟਰੀ 'ਚ ਹੀ ਆਉਣਾ ਮਤਲਬ ਇਹ ਨਹੀਂ ਹੈਗਾ ਕਿਉਂਕਿ ਸੈਂਕਸ਼ਨ ਆ ਨਾ ਰਸ਼ੀਆ ਦੇ ਵਿੱਚ ਤੇ ਬਿਲਾਰੂਸ ਦੇ ਨਾਲ ਰਸ਼ੀਆ ਲੱਗਦਾ ਵਾ ਸੋ ਇਸ ਕਰਕੇ ਮਤਲਬ ਕਿ ਤੁਸੀਂ ਪੋਲੈਂਡ ਵਾਲੀ ਸਾਈਡ ਤੋਂ ਕਿਸੇ ਵੀ ਸਾਈਡ ਤੋਂ ਬਿਲਾਰੂਸ 'ਚ ਐਂਟਰ ਹੁੰਦੇ ਆ ਬਿਲਾਰੂਸ 'ਚ ਐਂਟਰ ਘੁੰਮਣ ਤੋਂ ਬਾਅਦ ਜੋ ਵੀ ਹਨਾ ਉੱਥੇ ਘੁੰਮਣ ਤੋਂ ਬਾਅਦ ਤੁਸੀਂ ਇਨੀ ਉੱਥੇ ਤੁਸੀਂ ਰਸ਼ੀਆ ਚਲ ਜਿਓ ਜਾਂ ਕਿਸੇ ਹੋਰ ਕੰਟਰੀ ਚਲ ਜਓ ਤੇ ਉਸ ਤੋਂ ਬਾਅਦ ਤੁਸੀਂ ਘੁੰਮ ਕੇ ਜਿਹੜਾ ਵਾ ਯੂਰਪ ਆਉ ਇਦਾਂ ਨਹੀਂ ਹੈਗਾ ਉਹਨਾਂ ਦੀ ਸ਼ਰਤ ਤੱਕ ਜੇ ਤੁਸੀਂ ਯੂਰਪ ਵਾਲੀ ਸਾਈਡ ਤੋਂ ਬਿਲਾਰੂਸ 'ਚ ਐਂਟਰ ਹੋਇਆ ਤਾਂ ਤੁਸੀਂ ਵਾਪਸ ਵੀ ਇਧਰੋਂ ਹੀ ਆਉਣਾ ਚਾਹੇ ਤੁਸੀਂ ਅੱਗੇ ਕਿਤੇ ਵੀ ਘੁੰਮਿਓ ਪਰ ਵਾਪਸ ਤੁਸੀਂ ਬਿਲਾਰੂਸ ਤੋਂ ਸ਼ੈਨਗਨ ਜ਼ੋਨ ਦੇ ਵਿੱਚ ਹੀ ਆਉਣਾ ਵਾ ਸੋ ਇਹਨਾਂ ਦੀ ਇੱਕ ਰਿਕੁਆਇਰਮੈਂਟ ਹੈ ਬਟ ਬਿਲਾਰੂਸ ਤੋਂ ਵਿੱਚ ਤੁਸੀਂ ਐਂਟਰ ਹੋ ਸਕ ਇਹ ਸਾਰੇ ਕੰਟਰੀ ਆ ਇਹ ਘੱਟੋ ਘਾਟ ਕੋਈ 10 ਤੋਂ 15 ਕੰਟਰੀ ਆ ਜਿਹੜੇ ਸ਼ੈਨਗਨ ਤੋਂ ਬਿਨਾ ਕੰਟਰੀ ਆ ਜਿੱਥੇ ਤੁਸੀਂ ਈਜ਼ੀਲੀ ਘੁੰਮ ਸਕਦੇ ਆ ਅ ਇੰਡੀਆ ਦਾ ਪਾਸਪੋਰਟ ਕਾਫੀ ਸਟਰੌਂਗ ਹੋ ਗਿਆ ਵਾ ਜੇ ਤੁਹਾਡੇ ਕੋਲ ਇੱਕ ਦੋ ਵੀਜ਼ਾ ਵਾ ਹੈਗੇ ਆ ਪਹਿਲਾਂ ਇਦਾਂ ਹੁੰਦਾ ਸੀ ਨਾ ਜੇ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਅਮਰੀਕਾ ਦਾ ਵੀਜ਼ਾ ਵਾ ਬਲ ਤੁਸੀਂ ਬਹੁਤ ਸਾਰੇ ਕੰਟਰੀ ਘੁੰਮ ਸਕਦੇ ਆ ਬਟ ਹੁਣ ਜੇ ਤੁਹਾਡੇ ਕੋਲ ਯੂਰਪ ਦਾ ਵੀਜ਼ਾ ਵਾ ਯੂਰਪ ਦੀ ਵੀ ਕਾਫੀ ਪਾਵਰ ਜਿਹੜੀ ਆ ਵੀਜ਼ਾ ਦੀ ਹੈਗੀ ਆ ਵੀਆਰਸੀ ਕਾਰਡ ਦੀ ਹੈਗੀ ਤਾਂ ਤੁਸੀਂ ਕਾਫੀ ਕੰਟਰੀ ਕਮ ਸਕਦੇ ਆ ਤੁਹਾਡੀ ਜੇਬ ਦੇ ਵਿੱਚ ਹੋਂ ਇਸ ਟਾਈਮ 60 ਕੰਟਰੀ ਹੈ ਇਹਦੇ ਤੋਂ ਇਲਾਵਾ ਨਾਰਥ ਅਮਰੀਕਾ ਦੇ ਵੀ ਬਹੁਤ ਸਾਰੇ ਕੰਟਰੀ ਹੈ ਜਿੰਦਾ ਪੇਰੂ ਹੋ ਗਿਆ ਫਿਰ ਜਮੈਕਾ ਇਦਾਂ ਦੇ ਬਹੁਤ ਸਾਰੇ ਕੰਟਰੀ ਆ ਉਹ ਵੀ ਤੁਸੀਂ ਕਮ ਸਕਦੇ ਆ ਬਟ ਮੈਂ ਉਧਰ ਨੂੰ ਤੁਹਾਨੂੰ ਮੈਂ ਨਹੀਂ ਦੱਸਿਆ ਉਹ ਚੀਜ਼ ਨੂੰ ਮੈਂ ਤਾਂ ਨਹੀਂ ਦੇ ਸਕ ਬਹੁਤੇ ਲੋਕ ਉਧਰ ਨੂੰ ਹਨ ਜਾ ਕੇ ਹੋ ਜ ਨਹੀਂ ਹੈਗੇ ਹਾਂ ਜਿਹੜਾ ਬੰਦਾ ਕਿਸੇ ਹੋਰ ਪਰਪਸ ਨਾਲ ਜਾਂਦਾ ਉਹ ਹੀ ਜਾਂਦਾ ਇਹ ਤੋਂ ਇਲਾਵਾ ਤੁਸੀਂ ਮੈਕਸੀਕੋ ਜਾ ਸਕਦੇ ਆ ਇਹਨਾਂ ਵੀਜ਼ਿਆਂ ਦੇ ਉੱਤੇ ਬਟ ਮੈਕਸੀਕੋ ਇਸ ਟਾਈਮ ਐਂਟਰੀ ਦੇ ਆ ਉਹ ਸੋ ਸਮਝ ਕੇ ਦੇ ਰਿਹਾ ਬਹੁਤ ਘੱਟ ਲੋਕਾਂ ਨੂੰ ਐਂਟਰੀ ਦੇ ਰਿਹਾ ਸੋ ਇਹ ਬਹੁਤ ਸਾਰੇ ਕੰਟਰੀ ਆ ਜਿਨ੍ਹਾਂ ਜਿਹੜੇ ਤੁਸੀਂ ਜਾ ਸਕਦੇ ਆ ਜੇ ਤੁਹਾਡੇ ਕੋਲ ਯੂਰਪ ਦਾ ਵੀਜ਼ਾ ਯੂਰਪ ਦੇ ਵੀਜ਼ੇ ਦੀ ਪਾਵਰ ਸੇਮ ਹੀ ਲੱਗਦਾ ਜਿੱਦਾਂ ਹੁਣ ਅਮਰੀਕਾ ਦੇ ਵੀਜ਼ੇ ਦੀ ਪਾਵਰ ਇਦਾਂ ਹੀ ਹੋ ਗਈ ਆ ਅਮਰੀਕਾ ਦਾ ਵੀਜ਼ਾ ਸੀਗਾ ਤੁਸੀਂ ਬਹੁਤ ਸਾਰੇ ਕੰਟਰੀ ਟਰੈਵਲ ਕਰ ਸਕਦੇ ਸੀ ਇਦਾਂ ਹੀ ਯੂਰਪ ਦਾ ਵੀਜ਼ਾ ਆਪ ਤੁਹਾਡੇ ਕੋਲ ਇੰਡੀਅਨ ਪਾਸਪੋਰਟ ਆ 60 ਕੰਟਰੀ ਦਾ ਤੁਹਾਡੀ ਜੇਬ ਦੇ ਵਿੱਚ ਕਿ ਤੁਸੀਂ ਅੱਧੀ ਦੁਨੀਆ ਜਿਹੜੀ ਆ ਘੁੰਮ ਸਕਦੇ ਆ ਇਹ ਆ ਕਿ ਤੁਹਾਡੇ ਬਜਟ ਕਿਦਾਂ ਦਾ ਬਾ ਤੁਹਾਡੇ ਕੋ ਪੈਸੇ ਕਿਦਾਂ ਦੇ ਆ ਉਹ ਤੁਹਾਡੇ ਤੇ ਡਿਪੈਂਡ ਆ ਸੋ ਇਹ ਚੀਜ਼ ਤੁਹਾਨੂੰ ਸ਼ੇਅਰ ਕਰਨੀ ਸੀਗੀ ਮੈਨੂੰ ਇਹ ਸੀਗਾ ਹਨਾ ਜਿਹੜੀ ਚੀਜ਼ ਸਾਨੂੰ ਪਤਾ ਵਾ ਜਿਹੜੀ ਜਿਹੜੀ ਚੀਜ਼ ਦਾ ਅਸੀਂ ਐਕਸਪੀਰੀਅੰਸ ਕੀਤਾ ਵਾ ਉਹ ਹੋਰਾਂ ਨੂੰ ਵੀ ਦੱਸਿਆ ਜਾਵੇ ਸੋ ਬਾਕੀ ਜੇ ਮੈਂ ਕਿਸੇ ਵੀ ਕੰਟਰੀ ਜਾਪਾਂ ਉਸ ਕੰਟਰੀ ਦੇ ਨੈਗਟਿਵ ਟੂ ਪੋਜ਼ੀਟਿਵ ਜੋ ਵੀ ਹੈ ਨਾ ਇਫੈਕਟ ਹੁੰਦੇ ਮੈਂ ਤੁਹਾਨੂੰ ਜ਼ਰੂਰ ਦੱਸਦਾ ਹਾਂ ਹੁਣ ਆਪਾਂ ਹੋਰ ਇੱਕ ਦੋ ਕੰਟਰੀਾਂ ਵਿੱਚ ਜਾਣਾ ਵਾ ਉਹ ਵੀ ਮੈਂ ਤੁਹਾਨੂੰ ਦੱਸਣਾ ਵੀ ਉੱਥੇ ਕਿੱਦਾਂ ਜਾਇਆ ਜਾ ਸਕਦਾ ਕਿੱਦਾਂ ਸਸਤਾ ਕਿੰਨਾ ਮਹਿੰਗਾ ਵਾ ਹੋਟਲ ਬੁਕਿੰਗ ਸਾਰਾ ਕੁਝ ਐਕਸ ਵਾਈ ਜ਼ेड ਦੀ ਉਹ ਵੀ ਮੈਂ ਤੁਹਾਨੂੰ ਦੱਸੂਗਾ ਸੋ ਬਣੇ ਰਹੋ ਬਾਕੀ ਯਾਰ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਬਾਕੀ ਇਹ ਸੀਗੀ ਵੀਡੀਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸਰੀ ਗੱਲ ਸਾਰਿਆਂ ਨੂੰ